ਅਸਲਾਮੁਅਲੈਕੁਮ, ਗੁੱਡ ਮਾਰਨਿੰਗ, ਕਿਵੇਂ ਹੋ ਸਾਰੇ? ਲਓ ਜੀ, ਹੁਣ ਮੈਂ ਅਤੇ ਇਬਰਾ ਆਏ ਸੀ, ਅਸੀਂ ਇਹ ਤਾਈਆਂ ਲਾਉਣ ਵਾਲੀ ਮਸ਼ੀਨ ਵੇਖਣ ਆਏ ਸੀ, ਅਤੇ ਸਾਡੇ ਏਰੀਏ 'ਚ ਪਹਿਲੀ ਮਸ਼ੀਨ ਆਈ ਹੈ ਨਾ, ਸਾਡੇ ਏਰੀਏ 'ਚ ਪਹਿਲੀ ਮਸ਼ੀਨ ਆਈ ਹੈ ਤਾਈ ਲਾਉਣ ਵਾਲੀ, ਵਰਨਾ ਪਹਿਲੇ ਜਿੰਨਾ ਹੀ ਏਰੀਆ ਸਾਰੇ ਇੱਥੇ ਹੱਥ ਨਾਲ ਹੀ ਤਾਈ ਲਾਉਂਦੇ ਸੀ। ਇਸ ਵਾਰੀ ਠੇਕੇਦਾਰ ਚੇਂਜ ਅਤੇ ਉਹ ਮਸ਼ੀਨ ਲੈ ਕੇ ਆਏ ਹਨ, ਅਤੇ ਇਹ ਟਰੇ ਵਗੈਰਾ ਪੈਣ ਜਿੰਨਾ ਨਾਲ ਲਾ ਰਹੇ ਇਹ ਮਸ਼ੀਨ ਫਿਰਦੀ। ਅਸੀਂ ਵੇਖਣ ਆਏ ਹਾਂ ਬਈ ਕੀ ਪ੍ਰੋਸੈਸ ਹੈ, ਕਿਵੇਂ ਲਾਉਂਦੇ ਫਿਰਦੇ। ਬਸ ਦੋ ਬੰਦੇ ਉੱਤੇ ਬੈਠੇ ਹਨ, ਟਰੇ ਰੱਖਦੇ ਜਾਂਦੇ ਤੋਂ ਲਾਉਂਦੀ ਜਾਂਦੀ। ਇਹ ਚੈੱਕ ਕਰੋ, ਇਹ ਪਨੀਰੀ ਆ ਗੋਲ ਗੋਲ ਉਲੇਟੀ ਹੋਈ, ਇਹ ਟਰੇਆਂ ਦੇ ਵਿੱਚ ਉੱਥੇ ਰੱਖੀ ਹੋਈ, ਤੁਹਾਨੂੰ ਅਸੀਂ ਖਾਸ ਹੈ। ਉਹ ਟਰੈਕਟਰ 'ਤੇ ਲੈ ਕੇ ਆਉਂਦੇ ਟਰਾਲੀ 'ਤੇ, ਇੱਥੇ ਰੱਖ ਦਿੰਦੇ ਫਿਰ ਇੱਥੋਂ ਮਸ਼ੀਨ 'ਚ ਉਹ ਇੱਕ ਬੰਦਾ ਪਾ ਰਿਹਾ ਅਤੇ ਦੂਸਰਾ ਮਸ਼ੀਨ 'ਚ ਲਾਉਂਦਾ ਜਾ ਰਿਹਾ। ਬੜੇ ਆਸਾਨ ਲੱਗਦੇ ਹਨ, ਆਹ ਇੱਕ ਕਤਾਰ ਦੇ ਨਾਲ ਲਾਉਂਦੇ ਜਾ ਰਹੇ। ਇਹ ਚੈੱਕ ਕਰੋ, ਸਾਰਾ ਏਰੀਆ ਕਵਰ ਕਰ ਚੁੱਕੇ ਨੇ ਉਹ ਐਂਡ ਤੱਕ। ਇਹ ਕਿਸੇ ਕਿਸੇ ਜਗ੍ਹਾ 'ਤੇ ਫਸ ਜਾਂਦੀ ਹੈ ਨਾ, ਆਹ ਵੇਖੋ ਇਹ ਸਾਡਾ ਇਹਦੀ ਘੜੀਆਂ ਪਈਆਂ ਨੇ, ਜਿਹੜੀ ਫਸ ਜਾਂਦੀ ਨੇ ਉਹਨੂੰ ਕੱਢ ਦਿੰਦੇ। ਇਹ ਛੋਟੀ ਛੋਟੀ ਪਨੀਰੀ, ਇਹ ਸਾਰਾ ਏਰੀਆ ਇਹਨਾਂ ਨੇ ਲਾਉਣਾ। ਇਲੈਕਟ੍ਰਿਕ ਹੈਗੀ ਮਸ਼ੀਨ, ਫਸ ਗਈ, ਲਓ ਚੱਲ ਪਈ ਆ। ਕਿੰਨੀਆਂ ਕਿੰਨੀਆਂ ਲੈਣਾ ਲੈ ਕੇ ਆ ਰਹੀ, ਉੱਤੇ ਚੜ ਗਏ ਹੁਣ ਤੁਹਾਨੂੰ ਉਸ ਤੋਂ ਹੀ ਖਾਣੇ ਕਿਵੇਂ ਲੱਗਦੇ। ਕਿੰਨੀਆਂ ਕਿੰਨੀਆਂ ਲੈਣਾ ਲਾਉਂਦਾ? ਕਿੰਨੀਆਂ? ਲੋਡ ਕਰ ਦਿੰਦਾ ਚਲੋ ਥੱਲੇ ਲਾ ਦਿੰਦੇ। ਇੱਕ ਇੱਕ ਪੌਦਾ ਇੱਕ ਇੱਕ ਲਾਉਂਦੀ ਹੈ ਨਾ।
ਲਓ ਜੀ, ਇੱਕ ਇੱਕ ਗੇੜਾ ਮੈਂ ਲਾ ਲਿਆ, ਤਕਰੀਬਨ 5 ਤੋਂ 10 ਮਿੰਟ ਲੱਗਦੇ ਅਗਰ ਮਸ਼ੀਨ ਮਸਲਾ ਨਾ ਕਰੇ ਤਾਂ। ਅਤੇ ਮਸਲਾ ਮਸ਼ੀਨ ਤਾਂ ਕਰਦੀ ਹੈ, ਇਹ ਜਿਹੜਾ ਟ੍ਰੇਨ ਹੈ ਨਾ, ਇਹ ਅਗਰ ਸੁੱਕੇ ਹੋਣ ਤਾਂ ਫਿਰ ਟੁੱਟ ਜਾਂਦੇ, ਜਿਵੇਂ ਕਿ ਇਹ ਦੇਖੋ ਦਰਮਿਆਨ ਵਿੱਚ ਨਾ ਇਹ ਵੇਖੋ ਇਹ ਟੁੱਟਾ ਟੁੱਟ ਜਾਂਦੇ ਅਤੇ ਫਿਰ ਉਹ ਲੈਣ 'ਚ ਲੱਗਣੇ ਬੰਦ ਹੋ ਜਾਂਦੇ, ਤਾਂ ਵਾਸਤੇ ਫਿਰ ਟ੍ਰੇ ਚੇਂਜ ਕਰਦੇ ਅਤੇ ਫਿਰ ਅੱਗੇ ਚੱਲਦੀ। ਬਾਕੀ ਪ੍ਰੋਸੈਸ ਹੈ ਆਸਾਨ, ਅਤੇ ਹੁਣ ਮਸ਼ੀਨ ਰੁੱਕ ਗਈ ਹੈ ਕਿਉਂਕਿ ਟਰੇਵਾਂ ਥੋੜ੍ਹੀਆਂ ਅਤੇ ਟਰਾਲੀ ਲੈਣ ਗਈ ਨਵੀਆਂ ਟਰੇਵਾਂ, ਅਤੇ ਜਿੱਥੋਂ ਟਰੇਵਾਂ ਲਿਆਉਂਦੇ ਹੁਣ ਤੁਹਾਨੂੰ ਉੱਥੋਂ ਜਾ ਕੇ ਵਿਖਾਉਣੇ। ਲਓ ਜੀ ਇਹ ਹੈ ਜਗ੍ਹਾ ਪਨੀਰੀ ਵਾਲੀ ਜਿੱਥੇ ਟਰੇਵਾਂ ਚੁੱਕ ਰਹੇ, ਉਹ ਸਾਹਮਣੇ ਟਰੱਕ ਰਹੇ ਟਰੇਵਾਂ ਚੁੱਕਦੇ ਤਾਂ ਟਰਾਲੀ 'ਚ ਲੋਡ ਕਰ ਰਹੇ। ਆਹ ਵੇਖੋ ਆਹ ਟਰੇਵਾਂ ਦੇ ਵਿੱਚ ਲੱਗੀ ਪਈ ਪਨੀਰੀ, ਇਹ ਵੀ ਮਸ਼ੀਨ ਹੀ ਲਾਉਂਦੀ। ਆਹ ਵੇਖੋ ਪਲਾਸਟਿਕ ਦੇ ਟਰੇ ਉਹਨਾਂ ਦੇ ਵਿੱਚ ਲੱਗੀ, ਕਿਵੇਂ ਰੋਲ ਕਰ ਦਿੰਦਾ ਫਿਰ ਉਹ ਟਰੈਕਟਰ 'ਤੇ ਲੋਡ ਕਰ। ਸੁਣਨਾ ਨਾ ਕੁਝ ਕਹਿਣਾ ਤੇ ਬਦੋ ਬਦੀ ਕਹਿਣਾ।